ਸਵਾਗਤ ਹੈ ਤੁਹਾਡਾ ਸਾਡਾ ਕਿਸਾਨ ਚੈਨਲ ਤੇ ਤਾਂ ਦੋਸਤੋ ਜਿਹੜੀ ਤੁਸੀਂ ਕਣਕ ਦੇਖ ਰਹੇ ਹੋ ਇਹ ਆ ਡਬਲਯੂ 187 42 ਦਿਨਾਂ ਦੇ ਵਿੱਚ ਇਸ ਦੀ ਯੂਰੀਆ ਖਤਮ ਕਰ ਦਿੱਤੀ ਸਿਰਫ 75 ਕਿਲੋ ਯੂਰੀਆ ਪਾਈ ਆ 3 ਨਵੰਬਰ ਦੀ ਵਜਾਦ ਆ ਤੇ 37 ਕਿਲੋ ਵੀਰ ਪਾਇਆ ਹੋਇਆ ਦੋਸਤੋ ਜੇਕਰ ਇਸ ਵੈਰਾਈਟੀ ਦੀ ਆਪਾਂ ਦਿੱਖ ਦੇਖੀਏ ਤਾਂ ਬਹੁਤ ਜ਼ਿਆਦਾ ਵਧੀਆ ਪੂਰਾ ਚੌੜਾ ਪੱਤਾ ਕਲਰ ਵੀ ਬਹੁਤ ਸੋਹਣਾਗਾ ਪੁੱਟਾਈ ਬਹੁਤ ਵਧੀਆ ਮਾਰਿਆ ਤੇ ਜੇਕਰ ਪੈਪਰ ਦੀ ਗੱਲ ਕਰੀਏ ਤਾਂ ਪੈਪਰ ਵੀ ਤੁਹਾਡੇ ਸਾਹਮਣੇ ਆ। ਕਹਿਣ ਦਾ ਮਤਲਬ ਆ ਕਿ ਜੀ ਜੋ ਇਹਦੀ ਇਸ ਵੈਰੈਟੀ ਦੀ ਦਿੱਖ ਬਹੁਤ ਜ਼ਿਆਦਾ ਵਧੀਆ। ਦੋਸਤੋ ਜਿਹੜੀਆਂ ਆਪਣੀਆਂ ਪੁਰਾਣੀਆਂ ਵੈਰੈਟੀਆਂ ਜਿਵੇਂ HD3086, HD2967 ਜਾਂ PBW725 ਉਹਦੇ ਨਾਲ DBW187 ਜੇਕਰ ਕੰਪੈਰੀਜ਼ਨ ਕਰਾਇਆ ਗਿਆ ਤਾਂ ਦਿੱਖ ਵਾਜੂ ਬਹੁਤ ਜ਼ਿਆਦਾ ਵਧੀਆ। ਇਹ ਵੀ ਕਿਹਾ ਜਾ ਸਕਦਾ ਕਿ ਹੁਣ ਤੱਕ ਜਿੰਨੀਆਂ ਵੀ ਵੈਰੈਟੀਆਂ ਆਈਆਂ ਉਹਨਾਂ ਦੇ ਮੁਕਾਬਲੇ ਜੇਕਰ ਅਸੀਂ ਦਿੱਖ ਦੇਖੀਏ ਬੂਟਾ ਦੇਖੀਏ ਹਾਈਟ ਦੇਖੀਏ ਪੱਤਾ ਦੇਖੀਏ ਤਾਂ ਬਹੁਤ ਜ਼ਿਆਦਾ ਵਧੀਆ ਪੂਰੀ ਇੱਕ ਨੰਬਰ ਕਣਕ ਲੱਗ ਰਹੀ ਆ ਬਾਕੀ ਝਾੜ ਕਿੰਨਾ ਆਵੇਗਾ ਇਹ ਤਾਂ ਆਪਾਂ ਨੂੰ ਐਂਡ ਵਿੱਚ ਜਾ ਕੇ ਪਤਾ ਲੱਗੂਗਾ ਜਦੋਂ ਵੱਢੀ ਗਈ ਪਰੰਤੂ ਜੋ ਦੇਖਾ ਉਹ ਉਹਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਹੁਣ ਤੁਸੀਂ ਕਲਰ ਦੇਖ ਸਕਦੇ ਹੋ ਕਿਸ ਤਰ੍ਹਾਂ ਦਾ ਕਲਰ ਆ ਦੋਸਤੋ ਇਹ ਤਾਂ ਹੈ ਮੇਰੀ ਕਣਕ ਜਿਹਦੇ ਵਿੱਚ ਮੈਂ 75 ਕਿਲੋ ਯੂਰੀਆ ਪਾਈ ਆ ਤੇ ਇੱਕ ਸਪਰੇਅ ਮੈਂ ਲਿਹੋਸਨ ਪਲੱਸ ਟੈਬੂਗੋਨੋਲ ਦੀ ਕਰ ਚੁੱਕਿਆ ਇਸ ਵੈਰੈਟੀ ਉੱਪਰ ਹੁਣ ਦੋਸਤੋ ਇਸ ਦੇ ਨਾਲ ਹੀ ਮੈਂ ਹੁਣ ਆਪਣੇ ਦੂਜੀ ਪਾਸੇ ਜਾ ਰਿਹਾ ਦੋਸਤੋ ਜੋ ਤੁਸੀਂ ਆਹ ਕਣਕ ਦੇਖ ਰਹੇ ਹੋ ਇਹ ਵੀ ਹੈ ਤਾਂ DBWG 187 ਹੀ 30 ਕਿਲੋ ਪ੍ਰਤੀ ਇਕੜੇ ਹਦਾਇਵੀ ਲਪਾਇਆ ਤੇ 3 ਨਵੰਬਰ ਨੂੰ ਭੇਜੀ ਗਈ ਸੀ ਪਰੰਤੂ ਇਸ ਕਣਕ ਦੀ ਜਿਹੜੀ ਯੂਰੀਆ ਉਹ ਮੈਂ 55 ਦਿਨਾਂ ਦੇ ਵਿੱਚ ਖਤਮ ਕੀਤੀ ਆ ਤੇ ਇੱਕ ਕੁਆਂਟਲ ਯੂਰੀਆ ਪਾਈ ਆ ਪੂਰੀ 100 ਕਿਲੋ ਹੁਣ ਦੋਸਤੋ ਇਹ ਹੈਗੀ ਐ ਮੇਰੀ 100 ਕਿਲੋ ਯੂਰੀਆ ਵਾਲੀ ਇਸ ਉੱਪਰ ਮੈਂ ਇਲੀਹੋਸਨ ਤੇ ਟੈਬੂਗੋਨਾ ਯੂਰ ਹੁਣ ਸਪਰੇਅ ਕੀਤੀ ਆ ਕੱਲ ਤੇ ਇਹ ਕਣਕ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਦਿਖ ਬਹੁਤ ਜ਼ਿਆਦੇ ਸੋਣੀ ਹੈ ਇਸ ਕਣਕ ਦੇ ਉੱਪਰ ਆਪਾਂ ਇੱਕ ਸਪਰੇ ਜੋਰੀਆ ਪਲਸ ਮੈਗਨੀਜ਼ੀ ਦੀ ਕੀਤੀ ਹੈ ਤੇ ਦੂਜੀ ਟੈਬੂਗੋਨੈਜੋਲ ਪਲਸ ਲੀਹੋਸਨ ਦੀ ਇਸ ਤੋਂ ਇਲਾਵਾ ਇਹਦੇ ਥੱਲੇ ਆਪਾਂ ਪोटाश ਤੇ ਸਲਫਰ ਪਾਈ ਹੋਈ ਹੈ ਹੁਣ ਦੋਸਤੋ ਏ ਸੀ ਡੀ ਬੀ 887 ਦਾ ਹੁਣ ਤੱਕ ਦਾ ਸਫਰ ਹੁਣ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਕੱਲ ਨੂੰ ਆਪਾਂ ਹੁਣ ਰਿਵਿਊ ਕਰਾਂਗੇ 2851 2851 ਦੀ ਮੈਂ ਪਹਿਲੀ ਵਾਰ ਵੀਡੀਓ ਹੀ ਪਾਉਣ ਲੱਗਾ ਤਾਂ ਦੋਸਤੋ ਅੱਜ ਦੀ ਵੀਡੀਓ 'ਚ ਇੰਨਾ ਕੀ ਜਾਣਕਾਰੀ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਧੰਨਵਾਦ ਦੋਸਤੋ